वाहिगुरु जी का खालसा, वाहिगुरु जी की फतेह। सो पिछली बड़ी सरदार साहब त्रिलोचन सिंह रामगढ़े की कहानी सी, जिहदे विच एक महान सिख लीडर महाराज जस्सा सिंह रामगढ़े तो लैके मंगल सिंह रामगढ़े तो एंड सरदार साहब त्रिलोचन सिंह रामगढ़े की कहानी सी। इन्हां तिन्नां दा कॉन्सेप्ट ओही सी जिहड़ा बोंगे दा इन्होंने बहुत वधिया बचाव किया। अमृतसर साहब से कोई इन्होंने अटैक टूक नहीं होने दिता सी। आज मैं जिहदी गल करांगा वह एक संत भी है और सिपाही भी है। वह है गया संत जरनैल सिंह जी। संत जरनैल सिंह जी पिंडा वाले। सो हिज बर्थ इज 2 June 1947 मोगा इंडिया टिल 6 June 1984 श्री हरमंदर साहब। ओके वाइफ प्रीतम कौर, सन्स ईश्वर सिंह एंड इंद्रजीत सिंह, एजुकेशन दमदमी टकसाल एंड बाबा दीप सिंह जी ते मिसो शहीदा तरनादा। ਇਹਦੇ ਵਿੱਚ ਕੀ ਆ, ਇਹ ਕਹਾਣੀ ਇੱਦਾਂ ਆ ਜਿੱਦਾਂ ਜਿਹੜਾ 1984 ਚ ਸਿੱਖ ਮਾਸਕਰ ਹੋਇਆ ਸੀ। ਸੋ ਅਸੀਂ ਬਹੁਤਾ ਇਹ ਵੀਡੀਓ ਬਾਹਲਾ ਲੰਬਾ ਨਹੀਂ ਬਣਾਉਣਾ, ਅਸੀਂ ਛੇਤੀ ਛੇਤੀ ਪੁਆਇੰਟ ਤੇ ਜਾਣਾ ਆ ਇਹ ਕੀ ਆ। ਸੰਤ ਜਰਨੈਲ ਸਿੰਘ ਪਿੰਡਰਾਲ ਹੈ ਆਲਵੇਜ ਵਾਂਟਿਡ freedom for the Sikhs and eh really nahi milya ede vich kai government involved si British American Russian and Margaret Thatcher was from England. She was a Prime Minister. Prime Minister Margaret Thatcher from England. And Indian Prime Minister from India. ਇਹ ਦੋਨੇ ਬੁੜੀਆਂ ਇਕੱਠੀਆਂ ਹੋ ਗਈਆਂ ਸੀ ਇਹਦੇ ਵਿੱਚ। ਇਹ ਬਹੁਤ ਬੁੜੀਆਂ ਪ੍ਰਾਈਮ ਮਿਨਿਸਟਰ ਸੀ ਦੋਨੇ। ਇਹਨਾਂ ਨੇ ਇਕੱਠਿਆਂ ਮਿਲ ਕੇ ਬਹੁਤ ਬੁਰਾ ਕੰਮ ਕੀਤਾ ਨੇ। ਇੰਡੀਅਨ ਪ੍ਰਾਈਮ ਮਿਨਿਸਟਰ ਭੇਜਦੀ ਰਹਿੰਦੀ ਸੀ ਸੰਤ ਜਰਨੈਲ ਸਿੰਘ ਪਿੰਡਰਾਲ ਕੋਲ ਕਹਿ ਕੇ ਬੰਦੇ, ਪਰ ਸੰਤ ਜਰਨੈਲ ਸਿੰਘ ਪਿੰਡਰਾਲ ਦੀ ਕੋਈ ਗੱਲ ਸੁਣਦੇ ਨਹੀਂ ਦੱਸਿਆ। ਓਕੇ ਕਦੀ ਗੱਲ ਨਹੀਂ ਸੁਣੀ ਇਹਨਾਂ ਨੇ। ਇਹਦੇ ਵਿੱਚ ਇੱਕ ਇੱਕ ਪਹਿਲਾਂ ਇਹ ਤੋਂ ਖਾਸ ਗੱਲ ਆਉਂਦੀ ਹੈ। ਸਿੱਖ ਨਿਰੰਕਾਰੀ ਜਿਹੜੇ ਸੀ ਗੁਰਬਚਨ ਸਿੰਘ, that was in the year 1978 eh bahut bada banda si and Sant Jarnail Singh Pindrawala wanted to get rid of him. Ud ko aap bhi kuch hoya ohde taksali singh bhi kuch kar sake. Ohne ek sikh di madad layi si. Oh sikh ek tarkhan si ਰਣਜੀਤ ਸਿੰਘ। ਰਣਜੀਤ ਸਿੰਘ ਇੱਕ ਜਥੇਦਾਰ ਵੀ ਰਿਹਾ ਹੈ। ਓਕੇ ਪਰ ਹੁਣ ਉਹਨੂੰ ਸਾਬਕਾ ਜਥੇਦਾਰ ਰਣਜੀਤ ਸਿੰਘ ਕਿਹਾ ਜਾਂਦਾ। ਫਿਰ ਉਹਨੇ ਕੀ ਕੀਤਾ, ਉਹਨੇ ਉਹਦੀ ਮਦਦ ਲਈ ਐਂਡ ਜਥੇਦਾਰ ਰਣਜੀਤ ਸਿੰਘ ਰਣਜੀਤ ਸਿੰਘ ਦਾ ਟਾਈਮ ਉਹ ਤੇ ਗਿਆ ਆਪਣੇ ਤਰਖਾਣੇ ਨਾਲ ਤੇ ਉਹਨੇ ਗੁਰਬਚਨ ਨੂੰ ਪਿਛੋ ਪਿਛੋ ਪਿਛੋ
गोइनार नूं अड़ाता सी। एदी बहुत बड़ी विक्ट्री सी रणजीत सिंह दी, पर बिकॉज ऑफ दिस ही गॉट अरेस्टेड, ही स्टेड 14 ईयर्स इन जेल। ज्यादा है जेल दे विच रहा ना, और 14 साल कट्टे ने, इन्हें कभी भी उस पुलिस अफसर को कभी खाना नहीं लिया, ये आपे बनाना सी सब कुछ। सो रणजीत सिंह नेवर टुक एनीथिंग फ्रॉम द other police officers, he made all the food himself. He was pretty clever. And then, as if he was very smart and clever, eventually, he bahar aa gaya si. Je tusi dekho sare 1984 de Singh na jehde, oh koi bhi nahi unse release hoya. No, koi bhi nahi hoya. Okay? Hun ich baddi gal, jehde Maharaj Jassa Singh Rangde de ਬੁੰਗਾ ਨਾ, ਜਿਹਨਾਂ ਚ ਇੱਕ ਬੁੰਗਾ ਜਦੋਂ ਟੈਂਕੀ ਲੱਗੀ ਸੀ ਉਹ ਵਰਤਿਆ ਗਿਆ ਸੀ। ਫਿਰ ਸੋ ਵਾਟ ਸਮ ਜਗਨਾਥ ਸਿੰਘ ਪਿੰਡਰਾਵਾਲਾ ਡਿਡ, ਹੀ ਜੁਆਇੰਟ ਵਿਦ ਜਨਰਲ ਸ਼ੁਭੈਗ ਸਿੰਘ, ਇਹ ਮਿਲੀਟੈਂਟ ਸੀ ਇੱਕ ਜਨਰਲ ਵੀ ਸੀ। ਉਹਨੇ ਕੀ ਕੀਤਾ, ਉਹਨੇ ਉਹਦੀ ਮਦਦ ਲਈ। ਐਂਡ ਜਨਰਲ ਸੁਭੇਕ ਸਿੰਘ ਕਹਿੰਦਾ ਨਾ, ਕਹਿੰਦਾ ਸਾਨੂੰ ਇੱਕ ਗੱਲ ਧਿਆਨ ਰੱਖਣੀ ਚਾਹੀਦੀ ਹੈ, ਉਹ ਇਹ ਗੱਲ ਸੀ ਕਹਿੰਦਾ ਸਾਨੂੰ, ਕਹਿੰਦਾ ਤੁਹਾਨੂੰ ਦੱਸਦੇ ਹੋ, ਕਹਿੰਦਾ ਬੁੰਗਾ ਜਿਹੜਾ ਜਿਹੜੀ ਟੈਂਕੀ ਲੱਗੀ ਹੈ, ਕਹਿੰਦਾ ਇਹ ਮਹਾਰਾਜਾ ਜੱਸਾ ਸਿੰਘ ਰਾਮਗੜੇ ਦਿੰਦੀ ਸੀ, ਕਹਿੰਦਾ ਇੱਕ ਬਹੁਤ ਤਕੜਾ ਸਿੱਖ ਲੀਡਰ ਸੀ ਉਹ। ਦੈਨ ਵਾਟ ਹੈਪਨ, ਜਨਰਲ ਸੁਭੇਕ ਸਿੰਘ ਠੁੱਕ ਸਮ ਜਗਨਾਥ ਸਿੰਘ ਜੀ ਪਿੰਡਰਾਵਾਲਾ ਇਨਸਾਇਡ ਦਾ ਬੁੰਗਾ, ਐਂਡ ਹੀ ਗੋਜ਼ ਇਹ ਮੱਥਾ ਟੇਕ ਮਾਂ ਜੱਸਾ ਸਿੰਘ ਰਾਮਗੜੀ ਫੋਟੋ ਨੂੰ। ਸੋ ਸੰਜਨਾ ਸਿੰਘ ਪਿੰਡਰਾਵਾਲਾ ਦਿੱਤਾ, ਐਂਡ ਹੀ ਸੈਟ ਆਨ ਦਾ ਫਲੋਰ ਐਂਡ ਜਨਰਲ ਸੁਭੇਕ ਸਿੰਘ ਟਿਡ ਸੇ ਦਾ ਹਿਮ ਟੂ ਡੂ ਦਾ, ਐਂਡ ਹੀ ਟੋਲਡ ਮੀ ਫੁੱਲ ਸਟੋਰੀ, ਕਹਿੰਦਾ ਇਹ ਜਿਹੜਾ ਇੱਕ ਬਹੁਤ ਤਕੜਾ ਸਿੱਖ ਲੀਡਰ ਸੀ, ਕਹਿੰਦਾ ਇਹ ਬਹੁਤ ਪ੍ਰਾਪਤੀ ਕੀਤੀ ਹੈ, ਕਹਿੰਦਾ ਹੜ ਵਾਲੇ ਕਹਿੰਦਾ ਜਿੱਤ ਜਾਂਦਾ ਸੀ ਲੜਾਈਆਂ ਦੇ ਵਿੱਚ। ਸੰਜਨ ਸਿੰਘ ਮੰਡੋਲਾ ਕਹਿੰਦਾ ਅਸੀਂ ਵੀ ਇਸ ਲੜਾਈ ਦੇ ਵਿੱਚ ਜ਼ਰੂਰ ਜਿੱਤੂਗੇ। ਐਂਡ ਦੈਨ ਵਾਟ ਜਨਰਲ ਸੁਭੇਕ ਸਿੰਘ ਡਿਡ, ਹੀ ਯੂਜ਼ ਦਿਸ ਬੁੰਗਾ ਐਂਡ ਹੀ ਆਸਕਡ ਸੰਜਨ ਸਿੰਘ ਮੰਡੋਲਾ ਟੂ ਹੈਵ ਹਿਸ ਟਕਸਾਲੀ ਸਿੰਘਸ ਇਨ ਦਿਸ ਬੁੰਗਾ, ਐਂਡ ਦੈਨ ਸੰਜਨ ਸਿੰਘ ਮੰਡੋਲਾ ਅਗਰੀਡ ਵਿਦ ਦੈਟ। ਦੈਟਸ ਇਟ। ਲੈਟ ਮੀ ਟੈਲ ਯੂ ਸਮਥਿੰਗ ਅਬਾਊਟ ਦਾ ਤਰਨਯੂਧ ਮੋਰਚਾ। ਇਹ ਜਿਹੜਾ ਤਰਨਯੂਧ ਮੋਰਚਾ ਐਸ ਜੀ ਪੀ ਸੀ ਤੋਂ ਪਹਿਲੇ ਸ਼ੁਰੂ ਹੋਇਆ ਸੀ। ਸੋ ਦੈਨ ਈ ਪ੍ਰੋਗਰੈਸਡ ਕੁਛ ਸਮਝਣਾ ਸਿੰਘ ਜੀ ਪਿੰਡਾਲੇ, ਓਕੇ ਹੁਣ ਤਰਨਯੂਧ ਮੋਰਚਾ ਚ ਆਇਆ। ਫਿਰ ਜਨਰਲ ਸੁਭੇਕ ਸਿੰਘ ਨਾਲ ਇਹ ਲੜਾਈ ਹੋਈ। ਸੋ ਫਿਰ ਕੀ ਹੋਇਆ, ਜਦ ਛੇ ਜੂਨ 1984 6 June 1984 ਇਹ ਲੜਾਈ ਸ਼ੁਰੂ ਹੋ ਗਈ ਸੀ। ਹੋਇਆ ਕਿ ਜਨਰਲ ਸੁਭੇਕ ਸਿੰਘ ਤਾਂ ਇੱਕ ਜਨਰਲ ਸੀ, ਉਹਨੂੰ ਪਤਾ ਸੀ ਸਭ ਕੁਛ ਨਾ, ਉਹਨੇ ਇੱਕ ਮੋਰਚਾ ਸਾਹਿਬ ਸਭ ਕੁਛ ਸ਼ੁਰੂ ਕੀਤਾ ਸੀ। ਉਹਨੇ ਟਕਸਾਲੀ ਸਿੰਘ ਰਾਮਗੜੇ ਬੁੰਗੇ ਦੇ ਵਿੱਚ ਖੜੇ ਕਰਤੇ ਸੀ। ਜੇ ਲੜਾਈ ਹੋਣ ਜੇ ਲਾਪੀ, ਜਿਹੜੀ ਟੈਂਕੀ ਸੀ ਉੱਥੋਂ ਪਤਾ ਲੱਗਦਾ ਸੀ ਕੌਣ ਬੰਦਾ ਆਉਂਦਾ ਸੀ। ਟਕਸਾਲੀ ਸਿੰਘ ਐਦੇ ਬੰਦੇ ਮਰ ਗਏ, ਐਂਡ ਅਵੈਂਚੁਅਲੀ ਦੇ ਕਿਲਡ 25,000 ਇੰਡੀਅਨ ਸੋਲਜਰਸ, ਓਕੇ ਇੱਦਾਂ ਹੋਇਆ ਸੀ। ਪਰ ਜਿਹੜੀ ਬ੍ਰਿਟਿਸ਼, ਅਮੈਰੀਕਨ, ਰਸ਼ੀਆ ਨੇ ਨਾ ਇਹਨਾਂ ਨੂੰ ਕਾਫੀ ਐਮੂਨੀਸ਼ਨ, ਗਨਸ, ਹੈਲੀਕਾਪਟਰ, ਟੈਂਕਸ ਦੇ ਸਪਲਾਈ ਹੋ ਗਿਆ। ਲੁੱਕ ਹਾਊ ਬੈਡ ਦੈਟ ਵਾਸ। ਐਂਡ ਜਨਰਲ ਸੁਭੇਕ ਸਿੰਘ ਦੀ ਹੋਰ ਗੱਲ ਵੀ ਸੀ, ਜਿਹੜੀ ਸਿੱਖ ਰੈਜੀਮੈਂਟ ਸੀ ਨਾ ਉਹਨੇ ਉੱਥੇ ਉਹ ਲਿਆਣੀ ਸੀ, ਪਰ ਹੋਇਆ ਕਿ ਉਹ ਸਿੱਖ ਰੈਜੀਮੈਂਟ ਇੰਡੀਅਨ ਗਵਰਨਮੈਂਟ ਕੋ ਫੜ ਹੋ ਗਈ ਸੀ, ਸਾਰੇ ਗ੍ਰਿਫਤਾਰ ਹੋ ਗਏ ਸੀ। ਜੇ ਸਿੱਖ ਰੈਜੀਮੈਂਟ ਸ਼ਾਇਦ ਪਹੁੰਚ ਜਾਂਦੀ ਸ਼ਾਇਦ ਇਹ ਯੁੱਧ ਜਿੱਤ ਵੀ ਸਕਦਾ ਸੀ, ਪਰ ਇੱਦਾਂ ਹੋਇਆ ਨਹੀਂ ਹੈ। ਇੱਕ ਹੋਰ ਗੱਲ ਵੀ ਸੀ ਜਨਰਲ ਸੁਭੇਕ ਸਿੰਘ ਦੀ, ਉਹ ਕੀ ਸੀ, ਉਹ ਇਹ ਸੀ
ਜਦ ਬੰਗਾਲ ਦੇ ਵਿੱਚ ਇਨ ਬੰਗਲਾਦੇਸ਼ ਹੀ ਵੌਨ ਦਾ ਫਾਈਟ ਉਹ ਵੋ ਸ਼ੁਡ ਬੀ ਸੇ ਇੱਕ ਥੋੜਾ ਮੋਟਾ ਐਮੂਨੇਸ਼ਨ ਰਹਿ ਗਿਆ ਸੀ ਉਹ ਹੀ ਇਹਨੇ 6 ਜੂਨ 1984 ਚ ਵਰਤਿਆ ਸੀ ਓਕੇ ਕਿੱਦਾਂ ਸੀ ਸੋ ਵਾਟ ਹੈਪਨ ਫਾਈਨਲੀ ਇਨ ਦਿਸ ਵੋ ਵੈਨ ਜਨਰਲ ਸੁਭੇਕ ਸਿੰਘ ਕੈਪਟ ਆਨ ਫਾਈਟਿੰਗ ਫਾਈਟਿੰਗ The ammunition ran and eventually General Subhas Chandra Bose motto India. And then slowly, slowly, Taksali Singh Adi Sara control ko General Subhas Chandra Bose si. Ode baad Taksali Singh bhi khatam dado hona pe si. Phir Mik Singh ne kya si? Kanda Sanjala Singh ji. Kanda General Subhas Chandra Bose ji khatam ho gaya. ਫਿਰ ਸੰਜਨਾ ਸਿੰਘ ਪੰਡੋਲ ਨੇ ਕਹਿਤਾ ਸੀ ਮਿੱਕੇ ਨੂੰ ਕਹਿੰਦਾ ਫਿਰ ਤਿਆਰ ਹੋ ਜਾਓ ਕਹਿੰਦਾ ਸ਼ਹੀਦੀਆਂ ਪਾਉਣ ਨੂੰ ਫਿਰ ਇੱਦਾਂ ਹੋਇਆ ਸੀ ਫਿਰ ਜਿਹੜੇ ਸਾਰੇ ਸਿੰਘ ਸੁੰਘ ਸੀ ਸੰਜਨਾ ਸਿੰਘ ਪੰਡੋਲ ਨੇ ਇੰਕਲੂਡਿੰਗ ਮ੍ਰਿਕ ਸਿੰਘ ਇਹ ਸਾਰੇ ਤਾਂ ਸਾਰੇ ਸ਼ਹੀਦ ਹੋ ਜਾਂਦੇ ਹਨ ਫਿਰ ਇਨ ਦਾ ਲਾਸਟ ਇਨਕਾਊਂਟਰ ਵਾ ਹੈਪਨਸ ਹੇਅਰ ਸੰਜਨਾ ਸਿੰਘ ਪੰਡੋਲ ਇਨ ਸਾਈਡ ਦ ਸ੍ਰੀ ਹਰਿਮੰਦਰ ਸਾਹਿਬ ਬੇਅਰ ਇਨ ਮਾਈਂਡ ਸੰਜਨਾ ਸਿੰਘ ਪਿੰਡੋਲਾ ਪੂਰਾ ਨਾਮ ਜਰਨੈਲ ਸਿੰਘ ਬਰਾੜ ਸੀ ਜਿਹੜਾ ਜਨਰਲ ਬਰਾੜ ਸੀ ਇਹਦਾ ਪੂਰਾ ਨਾਮ ਕੁਲਦੀਪ ਸਿੰਘ ਬਰਾੜ ਆ ਇਹ ਦੋਨੇ ਜੱਟ ਸੀ ਉਹ ਸੀ ਸੰਜਨੈਲ ਸਿੰਘ ਪਿੰਡੋਲੇ ਉਸਦਾ ਖਾਲਸਾ ਐਂਡ ਦਾ ਕੁਲਦੀਪ ਸਿੰਘ ਸਟਿਲ ਅ ਜੱਟ ਓਕੇ ਉਹਨੇ ਪੂਰੀ ਉੱਚੀ ਦੀ ਆਵਾਜ਼ ਚ ਕਿਹਾ ਸੀ ਕਹਿੰਦਾ ਅੱਜ ਇੱਕੋ ਹੀ ਬਰਾੜ ਜਿੰਦਾ ਰਹੂਗਾ ਕਹਿੰਦਾ ਮੈਂ ਜਾਤੂ ਹੁਣ ਇਹ ਗੱਲ ਕਹੀ ਸੀ ਤਾਂ ਹੋਇਆ ਕਿ ਉਸ ਦੋਸਤ ਨੇ ਆਪਣੇ ਸਿਪਾਹੀਆਂ ਕੋ ਸੰਜਨ ਸਿੰਘ ਪਿੰਡਾਂ ਦੇ ਗੋਲੀ ਵਜਾ ਦਿੱਤੀ ਸੀ ਉਹ ਫਿਰ ਉੱਥੇ ਖਤਮ ਹੋ ਜਾਂਦਾ ਜੋ ਜੈਨ ਬਰਾਨ ਕਿਹਾ ਉਹ ਪੂਰੀ ਹੋਈ ਐਂਡ ਸੰਜਨ ਸਿੰਘ ਪਿੰਡਾਂ ਵਾਲਾ ਲੋਸਟ ਦਿਸ ਵੋ ਓਕੇ ਮੈਂ ਗੱਲ ਹੋਰ ਇੱਥੇ ਕਲੀਅਰ ਕਰ ਜਾਂਦਾ ਜਿਹੜਾ ਸਿੱਖਾਂ ਦਾ ਲੀਡਰ ਸੀ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਕਿਲਿਆਂ ਦਾ ਬਾਦਸ਼ਾਹ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਇਹਦਾ ਹੀ ਇਹ ਰਾਮਗੜੀਆ ਬੁੰਗਾ ਇਹ ਤੋਂ ਸ਼ੁਰੂ ਹੋਇਆ ਸੀ ਫਿਰ ਜਿਹੜਾ ਸਿੱਖ ਪ੍ਰੋਮੀਨੈਂਟ ਲੀਡਰ ਮੰਗਲ ਸਿੰਘ ਰਾਮਗੜੀਆ ਸੀ ਉਹਨੇ ਦੇਖਭਾਲ ਕੀਤੀ ਬਹੁਤ ਵਧੀਆ ਕੀਤੀ ਫਿਰ ਉਹਦੇ ਬਾਅਦ ਤੀਸਰਾ ਸਿੱਖਾਂ ਦਾ ਜਨਰਲ ਜਿਹੜਾ ਸੀ ਸਰਦਾਰ ਸਾਹਿਬ ਤਰੋਸ ਸਿੰਘ ਰਾਮਗੜੀਆ ਹੀ ਵਾਂਟਡ ਟੂ ਗਿਵ ਦਿਸ ਬੰਗਾ ਟੂ ਦਾ ਨੈਕਸਟ ਰਾਮਗੜੀਆ ਮਿਸ ਆਫ ਪਰਸਨ ਪਤ ਇਟ ਵਾਸ ਨੋ ਵਨ ਦੇਅਰ ਫਿਰ ਹੋਇਆ ਕਿ ਉਹਨੇ ਫਿਰ ਐਚ ਜੀ ਪੀ ਸੀ ਦੇ ਹਵਾਲੇ ਕਰਤੇ ਸੀ ਇੱਦਾਂ ਹੋਇਆ ਸੀ ਓਕੇ ਇਹ ਕਹਾਣੀ ਇੱਦਾਂ ਹੀ ਆ ਇਹਦੇ ਵਿੱਚ ਇੱਦਾਂ ਇਹ ਹਵਾਲੇ ਹੋ ਗਏ ਸੀ But in my next video, I will be telling you the more story. What is the future for the Sikhs for the year 2020? Jai tusi dekho na Sardar sahab Tulsi Ram Gadhia, a Sikha committee, Sikha da committee da Sri Darbar sahab in 1937 si. ਐਂਡ ਪਾਕਿਸਤਾਨ ਲਾਹੌਰ ਚ ਇਹ ਸਰਦਾਰ ਸਾਹਿਬ ਬਣ ਗਿਆ ਸੀ ਫਰੋਮ 1949 to 1975 ਐਂਡ ਇਹ ਬ੍ਰਿਟਿਸ਼ ਐਮਪਾਇਰ ਨੂੰ ਪਾਰ ਕਰ ਦਿੱਤਾ ਸੀ ਐਂਡ ਦੈਨ ਇਹਦੀ ਵੱਡੀ ਡਿਊਟੀ ਸੀ ਉਹ ਦੋ ਬੰਗਿਆਂ ਬਚਾਉਣ ਨੂੰ ਜਿਹੜੇ ਤਿੰਨੇ ਹੀ ਸਿੱਖ ਜਨਰਲ ਹੋਇਆ ਨਾ ਮਹਾਰਾਜਾ ਸਸੇ ਰਾਮਗੜੀਆ ਮੰਗਲ ਸਿੰਘ ਰਾਮਗੜੀਆ ਸਰਦਾਰ ਸਾਹਿਬ ਤੁਲਸੀ ਸਿੰਘ ਰਾਮਗੜੀਆ ਇਹਨਾਂ ਨੇ ਬਹੁਤ ਵਧੀਆ ਸਮਾਲ ਕੀਤੀ ਸੀ ਰਾਮਗੜੀ ਬੁੰਗਿਆ ਦੀ ਐਂਡ ਸ਼੍ਰੀ ਮਨਦਾਸ ਸਾਹਿਬ ਨੂੰ ਕੁਛ ਇਹਨਾਂ ਨੇ ਹੋ ਦਿੱਤਾ ਓਕੇ ਸੋ ਤੁਹਾਨੂੰ ਫੁੱਲ ਸਟੋਰੀ ਸਮਝ ਆ ਗਈ ਹੋਗੀ ਸਰਦਾਰ ਸਾਹਿਬ ਤੁਲ ਸਿੰਘ ਰਾਮਗੜੀਆ ਤੋਂ ਲੈ ਕੇ ਐਂਡ ਸੰਜਨ ਸਿੰਘ ਪਿੰਡਾਂ ਵਾਲੇ ਦੀ ਇਹ ਕਹਾਣੀ ਹੈ ਸੋ ਆਈ ਹੋਪ ਯੂ ਗਾਇਜ਼ ਲਰਨ ਅਨਫ
for my story, and I'm happy to tell you the full story of Sardar Saheb Abdul Singh Rangaliya to Samjana Singh Pindrala. So main bahut khush hua is video nu bana ke tode te pehchan lo tuhanu puri kahani Sardar Saheb Abdul Singh Rangaliya to pata lag gayi and Samjana Singh Pindrala di. So main itthe apna video da end karda hai, tuhanu chungi jankari mil gayi hoi. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।